ਦੀ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੇ ਨਾਲ। ਤਾਂ ਫਿਰੋਜ਼ਪੁਰ 'ਚ ਗੈਂਗਵਾਰ ਦੇ ਦੌਰਾਨ ਫਾਇਰਿੰਗ ਦਾ ਮਾਮਲਾ ਸਾਹਮਣੇ ਆਇਆ। ਸ਼ਰੇਆਮ ਗੈਂਗਸਟਰ ਸਾਗਰ ਤੇ ਫਾਇਰਿੰਗ ਕੀਤੀ ਗਈ ਹੈ। ਦਰਅਸਲ ਜ਼ਮਾਨਤ ਤੇ ਬਾਹਰ ਆਏ ਗੈਂਗਸਟਰ ਦੇ ਵੱਲੋਂ ਦੂਜੇ ਗੈਂਗਸਟਰ ਤੇ ਗੋਲੀਆਂ ਚਲਾਈਆਂ ਗਈਆਂ ਨੇ। ਗੋਲੀ ਲੱਗਣ ਦੇ ਕਾਰਨ ਗੈਂਗਸਟਰ ਸਾਗਰ ਜ਼ਖਮੀ ਹੋ ਗਿਆ, ਜਿਸ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਤਾਂ ਗੈਂਗਵਾਰ 'ਚ ਸਾਗਰ ਜ਼ਖਮੀ ਹੋਇਆ, ਗੈਂਗਸਟਰ ਸਾਗਰ ਜ਼ਖਮੀ ਹੋਇਆ ਜਿਸ ਨੂੰ ਹਸਪਤਾਲ ਪਹੁੰਚਾਇਆ ਗਿਆ। ਤਾਂ ਇਹ ਦੋਵੇਂ ਜ਼ਮਾਨਤ ਤੇ ਬਾਹਰ ਆਏ ਸਨ। ਤਾਂ ਇੱਕ ਗੈਂਗਸਟਰ ਦੇ ਵੱਲੋਂ ਦੂਜੇ ਗੈਂਗਸਟਰ ਤੇ ਗੋਲੀ ਚਲਾਈ ਗਈ ਹੈ। ਤਾਂ ਜ਼ਖਮੀ ਗੈਂਗਸਟਰ ਨੂੰ ਹਸਪੀਟਲ 'ਚ ਦਾਖਲ ਕਰਵਾਇਆ ਗਿਆ। ਤਾਂ ਵਧੇਰੀ ਜਾਣਕਾਰੀ ਦੇ ਲਈ ਮੇਰੇ ਸਹਿਯੋਗੀ ਫੋਨ ਲਾਈਨ ਤੇ ਜੁੜੇ ਨੇ ਮਨਦੀਪ। ਕੀ ਕੁਝ ਜਾਣਕਾਰੀ ਹੈ ਇਸ ਪੂਰੇ ਮਾਮਲੇ ਦੇ ਵਿੱਚ? ਜੀ ਗੁੱਡੀ ਜੀ, ਗੱਲ ਕਰੀਏ ਤੇ ਅੱਜ ਜਿਹੜਾ ਹੈ ਕੁਝ ਦੇਰ ਪਹਿਲਾਂ ਹੀ ਜਿਹੜਾ ਬਾਂਸੀ ਗੇਟ ਦੇ ਕੋਲ ਫਿਰੋਜ਼ਪੁਰ ਸ਼ਹਿਰ ਦੇ ਵਿੱਚ ਗੋਲੀ ਚੱਲੀ ਹੈ, ਔਰ ਦੱਸਿਆ ਜਾ ਰਿਹਾ ਕਿ ਤਿੰਨ ਜਿਹੜੇ ਹੈ ਹਮਲਾਵਰ ਹੈ ਉਹ ਇੱਕ ਮੋਟਰਸਾਈਕਲ ਤੇ ਸਵਾਰ ਹੋ ਕੇ ਆਉਂਦੇ ਆ, ਔਰ ਉਹਨਾਂ ਦੇ ਹੱਥਾਂ ਦੇ ਵਿੱਚ ਹਥਿਆਰ ਸੀ, ਔਰ ਇੱਕ ਜਿਹੜੇ ਨੌਜਵਾਨ ਜਿਹੜਾ ਜੇਲ੍ਹ ਦੇ ਵਿੱਚੋਂ ਜ਼ਮਾਨਤ ਤੇ ਬਾਹਰ ਆਏ ਸੀ, ਔਰ ਜਿਹੜੇ ਹਥਿਆਰਬੰਦ ਸੀ ਦੱਸਿਆ ਜਾ ਰਿਹਾ ਉਹ ਵੀ ਜੇਲ੍ਹ 'ਚੋਂ ਹੀ ਜਿਹੜਾ ਬਾਹਰ ਆਏ ਸੀ, ਔਰ ਜੇਲ੍ਹ ਦੇ ਵਿੱਚ ਇਹਨਾਂ ਦੀ ਕਾਫੀ ਝੜਪ ਹੋਈ ਸੀ। ਉਸ ਝੜਪ ਨੂੰ ਲੈ ਕੇ ਹੁਣ ਬਾਹਰ ਆ ਕੇ ਇਹਨਾਂ ਨੇ ਗੈਂਗਵਾਰ ਦੇ ਚੱਲਦਿਆਂ ਇੱਕ ਯੁਵਕ ਨੂੰ ਜਿਹੜਾ ਗੋਲੀ ਮਾਰੀ ਹੈ ਗੈਂਗਸਟਰ ਨੂੰ, ਔਰ ਉਸ ਤੋਂ ਬਾਅਦ ਉੱਥੋਂ ਫਰਾਰ ਹੋ ਗਏ ਨੇ। ਹੁਣ ਜਿਹੜਾ ਪੁਲਿਸ ਉੱਥੇ ਮੌਕੇ ਤੇ ਪਹੁੰਚੀ ਹੈ ਔਰ ਆਪਣੀ ਜਾਂਚ ਕਰ ਰਹੀ ਹੈ। ਜੀ ਮਨਦੀਪ, ਕੀ ਕੁਝ ਜਾਣਕਾਰੀ ਮਿਲ ਪਾਈ ਹੈ ਕਿ ਕਿਸ ਮਾਮਲੇ ਦੇ ਵਿੱਚ ਇਹ ਦੋਵੇਂ ਗੈਂਗਸਟਰ ਜੇਲ੍ਹ 'ਚ ਬੰਦ ਸੀ ਤੇ ਜ਼ਮਾਨਤ ਤੇ ਬਾਹਰ ਆਏ ਸੀ? ਹਾਂ ਬਿਲਕੁਲ, ਜਿਹੜੀ ਹੁਣ ਤੱਕ ਜਾਣਕਾਰੀ ਮਿਲੀ ਹੈ ਕਿ ਦੋਨਾਂ ਦੇ ਉੱਪਰ ਜਿਹੜੇ ਆ ਕਈ ਅਪਰਾਧਿਕ ਮਾਮਲੇ ਦਰਜ ਹੈ। ਜਿਹੜਾ ਇੰਜਰਡ ਹੋਇਆ ਜਿਸਨੂੰ ਗੋਲੀ ਵੱਜੀ ਉਹ ਵੀ, ਔਰ ਗੋਲੀ ਮਾਰਨ ਵਾਲੇ ਜਿਹੜੇ ਹਮਲਾਵਰ ਸੀ ਉਹਨਾਂ ਦੇ ਉੱਪਰ ਵੀ ਕਾਫੀ ਮਾਮਲੇ ਦਰਜ ਅਪਰਾਧਿਕ, ਔਰ ਦੋਨੋਂ ਜੇਲ੍ਹ ਕੱਟ ਰਹੇ ਸੀਗੇ, ਔਰ ਜੇਲ੍ਹ ਦੇ ਵਿੱਚ ਇਹਨਾਂ ਦੀਆਂ ਕਾਫੀ ਵਾਰ ਝੜਪਾਂ ਹੋ ਚੁੱਕੀਆਂ, ਔਰ ਹੁਣ ਬਾਹਰ ਆ ਕੇ ਇਹਨਾਂ ਨੇ ਜਿਹੜਾ ਇੱਕ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਜੀ ਤੇ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਜਾ ਰਹੀ ਹੈ ਇਸ ਮਾਮਲੇ 'ਚ ਹੁਣ ਤੱਕ? ਪੁਲਿਸ ਵੱਲੋਂ ਹੁਣ ਜਿਹੜਾ ਬਿਆਨ ਲਿਖ ਦਿੱਤੇ ਗਏ ਆ ਉਸਦੇ, ਉਹ ਤੋਂ ਬਿਆਨ ਲਿਖਣ ਤੋਂ ਬਾਅਦ ਹੁਣ ਪੁਲਿਸ ਵੱਲੋਂ ਕਿਹਾ ਜਾ ਰਿਹਾ ਕਿ ਜਿਹੜੇ ਹਮਲਾਵਰ ਆ ਉਹਨਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਏਗਾ, ਔਰ ਜਾਂਚ ਕੀਤੀ ਜਾ ਰਹੀ ਹੈ ਕਿ ਆਖਿਰਕਾਰ ਉਹਨਾਂ ਕੋਲੋਂ ਇਹ ਹਥਿਆਰ ਕਿੱਥੋਂ ਆਏ, ਕਿਉਂਕਿ ਚੁਣਾਵਾਂ ਦਾ ਵੇਲਾ ਔਰ ਚੁਣਾਵਾਂ ਦੇ ਵੇਲੇ ਹਥਿਆਰ ਜਿਹੜੇ ਹੈ ਉਹ ਜਮ੍ਹਾਂ ਕਰਾਉਣ ਦੇ ਆਦੇਸ਼ ਦਿੱਤੇ ਗਏ ਆ, ਔਰ ਇਹ ਜਿਹੜੇ ਹਥਿਆਰ ਹੈ ਉਹ ਕੀ ਉਹਨਾਂ ਨੇ ਨਜਾਇਜ਼ ਵਰਤੇ ਆ ਜਾਂ ਕਿਸ ਹਥਿਆਰਾਂ ਦਾ ਕਿੱਥੋਂ ਇਸਤੇਮਾਲ ਕੀਤਾ ਉਸ ਬਾਰੇ ਵੀ ਜਿਹੜੀ ਹੈ ਪੁਲਿਸ ਖੋਜ ਕਰ ਰਹੀ ਹੈ ਜੀ ਹਜੇ ਤੱਕ। ਤਾਂ ਤਮਾਮ ਜਾਣਕਾਰੀ ਦੇ ਲਈ ਸ਼ੁਕਰੀਆ ਮਨਦੀਪ। ਤਾਂ ਫਿਰੋਜ਼ਪੁਰ 'ਚ ਗੈਂਗਵਾਰ ਹੋਈ ਹੈ ਜਿੱਥੇ ਸ਼ਰੇਆਮ ਗੈਂਗਸਟਰਾਂ ਦੇ ਵੱਲੋਂ ਫਾਇਰਿੰਗ ਕੀਤੀ ਜਾਂਦੀ ਹੈ ਤੇ ਦੂਜੇ ਗੈਂਗਸਟਰ ਤੇ ਗੋਲੀ ਲੱਗਦੀ ਹੈ ਜਿਸ ਦੇ ਨਾਲ ਉਹ ਜ਼ਖਮੀ ਹੋ ਗਿਆ ਤੇ ਉਸ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਤਾਂ ਪੁਲਿਸ ਵੱਲੋਂ ਇਸ ਪੂਰੇ ਮਾਮਲੇ ਦੇ ਵਿੱਚ ਛਾਣਬੀਨ ਕੀਤੀ ਜਾ ਰਹੀ ਹੈ, ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਜਿਹੜਾ ਮੁੰਡਾ ਜੀ ਇਹਨੇ ਗੋਲੀ ਮਾਰ ਕੇ ਜੇਲ੍ਹ 'ਚੋਂ ਬਾਹਰ ਆਏ, ਤਿੰਨ ਮੁੰਡੇ ਸੀ, ਇੱਕ ਦਾ ਨਾਂ ਗੋਰੀ ਹੈ, ਇੱਕ ਦਾ ਨਾਂ ਸੁੱਖੂ ਹੈ, ਇੱਕ ਦਾ ਨਾਂ ਦਲੇਰੂ ਹੈ ਜੀ। ਇਹਨਾਂ ਕੋਲ ਦੋ ਪਿਸਤੌਲਾਂ ਸੀ ਤਿੰਨਾਂ ਕੋਲ। ਇਹ ਮੇਰਾ ਭਰਾ ਉਤਰਿਆ ਜੀ ਬਾਂਸੀਗੜ੍ਹ ਕੋਈ ਚੀਜ਼ ਲੈਣ ਲਈ ਉਤਰਿਆ, ਇਹਨਾਂ ਨੇ ਪਿੱਛੋਂ ਆ ਕੇ ਨਾ ਗੋਲੀ ਮਾਰੀ। ਅਤੇ ਬਾਅਦ 'ਚ ਅਸੀਂ ਸੁੱਖੂ ਨੂੰ ਕਿਹਾ ਸੀ ਅਸੀਂ ਕੰਪਲੇਂਟ ਲਿਖਾਉਣੀ, ਕਹਿੰਦਾ ਤੁਸੀਂ ਕੀ ਲਿਖਾਉਣੀ? ਮੈਂ ਲਿਖਾਉਣਾ ਜੀ, ਉਹਨੇ ਆਪਣੀ ਬਾਂਹ 'ਤੇ ਆਪ ਗੋਲੀ ਮਾਰ ਲਈ, ਲਿਖਾ ਕੇ ਅਸੀਂ ਸਿਵਲ ਹੋਸਪਿਟਲ ਐਡਮਿਟ ਹੋ ਗਿਆ ਜੀ। ਕੀ ਕਾਰਨ ਕੀ ਰਿਹਾ, ਕਿਉਂ ਮਾਰੀ ਗੋਲੀ? ਪਤਾ ਨਹੀਂ, ਇਹ ਕੋਈ ਜੇਲ੍ਹ ਜਿਹਨਾਂ ਦੀ ਗੱਲ ਹੈ ਜੀ। ਜੇਲ੍ਹ 'ਚ ਬਾਹਰ ਆਉਂਦਾ ਗਿਆ ਜੀ, ਆਹ ਕੰਮ ਕਰਦਾ ਜੀ ਮੇਰੇ ਭਰਾ ਨਾਲ। ਜੇਲ੍ਹ 'ਚ ਵੀ ਧਮਕੀਆਂ ਦਿੱਤੀਆਂ ਸੀ? ਜੇਲ੍ਹ 'ਚ ਜੇਲ੍ਹ 'ਚ ਵੀ ਧਮਕੀਆਂ ਦਿੱਤੀਆਂ, ਸਾਡੇ ਘਰੇ ਵੀ ਆਏ ਜੋ ਜੇਲ੍ਹ 'ਚ ਸੁੱਖੂ ਬਾਹਰ ਆਏ, ਇਹਨੇ ਕਿਹਾ ਸੀ ਕਹਿੰਦਾ ਤੇਰਾ ਭਰਾ ਬਾਹਰ ਆ ਗਿਆ, ਮਾਰ ਦੇਣਾ ਜੀ ਉਹਨੂੰ। ਆਹ ਜਿਹੜਾ ਹੈਗਾ ਬਾਂਸੀ ਗੇਟ ਨੇੜੇ ਘਟਨਾ ਹੋਈ ਹੈ, ਗੋਲੀ ਚੱਲੀ ਹੈ, ਜਿਹੜਾ ਇੱਕ ਹੈਗਾ ਬੰਦਾ ਇੰਜਰਡ ਹੈਗਾ ਹੋਸਪਿਟਲ 'ਚ ਦਾਖਲ ਹੈ, ਅਸੀਂ ਪੜਤਾਲ ਕਰ ਰਹੇ ਹਾਂ, ਐਜ਼ ਪਰ ਪੜਤਾਲ ਜੈਸੀ ਸੂਰਤ ਹੋ ਗਈ ਵੈਸੀ ਗੱਲ ਪਰਚਾ ਜਿਹੜਾ ਹੈਗਾ ਉਹ ਕੀਤਾ।